أعوذ بالله من الشيطان اللعين الرجيم بسم الله الرحمن الرحيم جاء علي مومن المنافق دي پہچان الحمد لله رب العالمين والعاقبة للمتقين والجنة للمؤمنين والنار للكافرين والمنافقين بشمار السلام على رسول الكريم بالقاسم محمد صلوات ایسی پڑھو کمی محسوس ہی نہ ہوئے صلوات وَعَلَىٰ أُولِهِ الطَّيِّبِينَ الطَّاهِرِينَ الْمَعْصُومِينَ أَمَّا بَعْدُ فَقَدْ قال سبحانه تعالى في كتابه المجيد بسم الله الرحمن الرحيم إن الصلاة تنهى عن الفحشاء والمنكر صلوات اجازت ہے جناب میں ذکر پاک شروع کر دوں کھادہ کھوایا حلال کرنا ہے حق نمک ادا کرنا ہے نمک کھاندہ ہی بندہ زبان نہ لے چکدہ ہی زبان نہ لے تے حق نمک ادا تاں تھیندہ ہے جو مالکان دے حق کی زبان حل لیتا میں تو پہلے جیڑے پڑھ گئے ہیں سارے بانی ہیں میرے تو بات ہی جنہاں پڑھنے سارے بانین میں ہی بانیاں مار صاحب انہی ذاکرہ کو تو سڑین دے نہ ہوئے بانیاں کو سڑین دے ہوئے آئے مجیدہ تلاوت کی تھی پتہ نہیں بزرگ ربعی نہ پڑھے ہاتھ میں کشے ہور پڑھوں آمین فرمایا بے شک اے آکھا کہیں اے اون آکھا ہے نہ جہن دی ذات ہی چھکے تو نہ جہن دی کیتی ہوئی بات ہی چھکے بے شک نماز دوشہیں تو رکھیں دیئے بہتنی کیڑی زبان بولیں دیئے تو کیڑی چپران دیئے نماز دوشہیں تو رکھیں دیئے برائی تو رکھیں دیئے بے حیائی تو رکھیں دیئے روایت نہیں آیت تھے اکثر و بیشتر مساجد ادھر و دیوار تھے بھی آیت لکھی ہوئی ہوں دیئے تلے ترجمہ ہی تحریر ہوں دے نماز برائی اور بے حیائی سے رکھتی ہے جیڑھا کی تھا نماز پڑھ دے صحیح
ਉਹਦਾ ਇਮਾਨ ਹੈ ਜੋ ਨਮਾਜ਼ ਬੁਰਾਈ ਤੇ ਬੇਹਯਾਈ ਤੁਰ ਕਹਿੰਦੀ ਹੈ, ਜਿਹੜਾ ਜੈਂਦੀ ਨਮਾਜ਼ ਪੜ੍ਹਦਾ ਹੈ ਉਹਦਾ ਯਕੀਨ ਹੈ ਜੋ ਨਮਾਜ਼ ਹੀ ਹੈ ਜਿਹੜੀ ਬੁਰਾਈ ਤੇ ਬੇਹਯਾਈ ਤੁਰ ਕਹਿੰਦੀ ਹੈ, ਜਿਹੜਾ ਜਿਵੇਂ ਨਮਾਜ਼ ਪੜ੍ਹਦਾ ਹੈ ਉਹ ਇਤਮਿਨਾਨ ਕਲਬ ਰੱਖਦਾ ਹੈ ਜੋ ਨਮਾਜ਼ ਹੀ ਹੈ ਜਿਹੜੀ ਬੁਰਾਈ ਤੇ ਬੇਹਯਾਈ ਤੁਰ ਕਹਿੰਦੀ ਹੈ। ਬੇਸ਼ੱਕ ਇਨਕਾਰ ਮੇਰੇ ਹੀ ਕੋਈ ਨਹੀਂ, ਤਰਦੀਦ ਮੈਂ ਵੀ ਨਹੀਂ ਕਰਨੀ, ਲੇਕਿਨ ਪਹਿਲੇ ਇਹ ਤਾਈਓਨ ਤੱਕ ਕਰਨ ਜੋ ਬੁਰਾਈ ਹੈ ਕਿਹੜੀ, ਉਹ ਬੇਹਯਾਈ ਕਿਹੜੀ ਹੈ ਜਿਹਨੇ ਤੂੰ ਨਮਾਜ਼ ਰੁਕ ਕਹਿੰਦੀ ਹੈ, ਉਹ ਬੁਰਾਈ ਕਿਹੜੀ ਹੈ ਜਿਹਨੂੰ ਤੂੰ ਨਮਾਜ਼ ਮਨਾ ਪਈ ਕਰੇਂਗੀ। ਮਿਆਰ ਕਿਆ ਹੈ? ਪੈਗੰਬਰ ਦੀ ਹਦੀਸ ਹੈ, ਤੋਰੇ ਫੁਲ ਅਸ਼ਿਆ ਹੈ ਬੇ ਅਸਦਾ ਦਿਹਾ, ਹਰ ਸ਼ੈ ਕੋ ਪਹਿਚਾਣਾ ਪੈਂਦਾ ਉਹਦੀ ਜ਼ਿੱਦ ਨਾਲ। ਬੁਰਾਈ ਦੀ ਜ਼ਿੱਦ ਕਿਆ ਹੈ? ਅੱਛਾਈ, ਯਾਨੀ ਬੁਰਾਈ ਮੈਨੀ ਬਦੀ, ਅੱਛਾਈ ਮੈਨੀ ਨੇਕੀ। ਨੇਕੀ ਕਿਆ ਹੋਏ? ਨੇਕੋਕਾਰਾਂ ਦੇ ਇਮਾਮ ਸ਼ਾਹਜ਼ਾਦਾ ਅਮਨ ਮਾਲਿਕ ਮੁਮਕਿਨਾਤ ਨਵਾਜ਼ਾ ਹੈ ਰਸੂਲ ਜਿਗਰ ਗੋਸ਼ਾ ਹੈ ਅਲੀ ਓ ਬਤੂਲ, ਮੇਰੇ ਦੂਸਰੇ ਸ਼ਹਿਨਸ਼ਾਹ ਕੋਲ ਪੁੱਛਿਆ ਗਿਆ, ਮੌਲਾ ਨੇਕੀ ਕਿਆ ਹੋਏ? ਫਰਮਾਇਆ ਨੇਕੀ ਨਾ ਹੀ ਸਾਡੀ ਮੁਹੱਬਤ ਹੈ। ਨੇਕੀ ਨੇਕੀ ਨਾ ਹੀ ਸਾਡੀ ਮੁਹੱਬਤ ਤੇ ਮੌਲਾ ਇਹਦੀ ਜ਼ਿੱਦ ਬਣਦੀ ਹੈ ਬੁਰਾਈ। ਬੁਰਾਈ ਕਿਆ ਹੈ? ਫਰਮਾਇਆ ਬੁਰਾਈ ਨਾ ਹੈ ਸਾਡੇ ਬੁਗਜ਼ ਦਾ। ਇਹ ਤਾਂ ਹੁਣ ਤੁਸੀਂ ਬਾਅਦ ਹੀ ਫੈਸਲੇ ਕਰੇ ਸੋਨਾ, ਕਿਉਂਕਿ ਕਾਗਜ਼ ਹੀ ਤੁਹਾਡੇ ਕੋਲ ਹੋਣਾ ਤੇ ਕਲਮ ਹੀ ਤੁਹਾਡੇ ਕੋਲ ਹੋਣਾ, ਬਈ ਕਹੇ ਕਿਤਨਾ ਪੜ੍ਹਾ ਤੇ ਕਿਵੇਂ ਪੜ੍ਹਾ। ਇਵੇਂ ਹੀ ਹੁੰਦੀ ਹੈ ਨੇਕੀ ਤੇ ਬਈ ਹੁੰਦੀ ਹੈ ਉਹਦੇ ਤੋਂ ਵੱਡੀ ਨੇਕੀ, ਬਈ ਹੁੰਦੀ ਹੈ ਉਸ ਤੋਂ ਵੱਡੀ ਨੇਕੀ। ਕਾਇਨਾਤ ਦੇ ਮਾਲਕ ਕੋਲ ਪੁੱਛਿਆ ਗਿਆ, ਮੌਲਾ ਕਾਇਨਾਤ ਦੀ ਵੱਡੀ ਨੇਕੀ ਕਿਹੜੀ ਹੈ? ਤੁਸਾਂ ਜੋ ਹਿਰਾਲ ਮੁਸ਼ਕਿਲ ਆ ਤੋ ਹਰ ਮੁਸ਼ਕਿਲ ਮਸਲੇ ਦਾ ਹੱਲ ਅਸਾਂ ਪੁੱਛਣਾ ਹੀ ਤੁਹਾਡੇ ਕੋਲ, ਕਾਇਨਾਤ ਦੀ ਵੱਡੀ ਨੇਕੀ ਕਿਹੜੀ ਹੈ? ਫਰਮਾਇਆ ਸਰਾ ਤੂੰ ਗਿਣ ਕੇ ਸੁਰੱਈਆ ਤੱਕ, ਆਲਮ ਰੰਗ ਬੂਜ ਕਾਇਨਾਤ ਆਲਮ ਦੀ ਸਭ ਤੋਂ ਵੱਡੀ ਨੇਕੀ ਮੇਰੇ ਭਰਾ ਅਲੀ ਦੀ ਮੁਹੱਬਤ। ਮਿਹਰਬਾਨੀ, ਸਭ ਤੋਂ ਵੱਡੀ ਨੇਕੀ ਮੇਰੇ ਭਰਾ ਅਲੀ ਦੀ ਮੁਹੱਬਤ ਹੈ। ਤੇ ਮੌਲਾ ਕਾਇਨਾਤ ਦੀ ਸਭ ਤੋਂ ਵੱਡੀ ਬੁਰਾਈ ਕਿਆ ਹੈ? ਫਰਮਾਇਆ ਕਾਇਨਾਤ ਦੀ ਸਭ ਤੋਂ ਵੱਡੀ ਬੁਰਾਈ ਮੇਰੇ ਭਰਾ ਅਲੀ ਦਾ ਬੁਗਜ਼ ਹੈ। ਹੁਣ ਇਹ ਫੈਸਲਾ ਤਾਂ ਠੀਕ ਹੈ ਨਾ, ਨੇਕੀ ਮੁਹੱਬਤ ਹੈ ਅਹਿਲ ਬੈਤ, ਬੁਰਾਈ ਬੁਗਜ਼ ਹੈ ਅਹਿਲ ਬੈਤ, ਵੱਡੀ ਨੇਕੀ ਮੁਹੱਬਤ ਹੈ ਬੂਤੁਰਾਬ, ਵੱਡੀ ਬੁਰਾਈ ਬੁਗਜ਼ ਹੈ ਬੂਤੁਰਾਬ। ਹੁਣ ਇਹ ਕਿਵੇਂ ਪਤਾ ਲੱਗ ਸੀ? ਠੀਕ ਮੈਨੂੰ ਬਾਬਾ, ਹੁਣ ਬਸ ਹੁਣ ਥੋੜ੍ਹਾ ਮਹਿਕ ਪੜ੍ਹਨ ਦੇ, ਇਹ ਕਿਵੇਂ ਪਤਾ ਲੱਗ ਸੀ? ਕਿਹੜਾ ਹੁਬਦਾਰ ਹੈ ਤੇ ਕਿਹੜਾ ਮੁਰਦਾਰ ਹੈ? ਮੱਥੇ ਤੇ ਵੀ ਲਿਖਾ ਹੋਇਆ ਹੈ, ਬੰਦੇ ਆ ਜਾਣ, ਮੱਥੇ ਤੇ ਤਾਂ ਨਹੀਂ ਲਿਖਾ ਹੋਇਆ, ਮੱਥੇ ਤੇ ਵੀ ਲਿਖਾ ਹੋਇਆ ਹੈ, ਹਰ ਕਹੇ ਕੋਲ ਪੜ੍ਹੀਂਦਾ ਨਹੀਂ। ਸ਼ੇਖ ਸਦੂਕ ਕਿਤਾਬ ਲਿਖੀ ਔਸਾਫ਼ ਸ਼ੀਆ, ਉਹਦੇ ਤੇਰੇ ਛੇਵੇਂ ਸ਼ਹਿਨਸ਼ਾਹ ਦਾ ਫਰਮਾਨ ਹੈ, ਦਾਅਵੇਦਾਰ ਤਾਂ ਢੇਰ ਹੀ ਨਾ, ਫਰਮਾਨ ਕਈ ਸਾਡੀ ਮੁਹੱਬਤ ਦੇ ਦਾਅਵੇਦਾਰ ਸਾਡੇ ਸ਼ੀਆਂ ਵਾਸਤੇ ਦਿਜਾਲ ਤੋਂ ਹੀ ਜ਼ਿਆਦਾ ਖਤਰਨਾਕ ਹੈ।
ਸਾਡੀ ਮੁਹੱਬਤ ਦੇ ਦਾਅਵੇਦਾਰ ਸਾਡੇ ਇਹ ਨਹੀਂ ਨੇ ਆਕਾ ਜੋ ਸਾਡੇ ਸ਼ੀਆ ਸਾਡੇ ਦਾਅਵੇਦਾਰਾਂ ਵਾਸਤੇ ਨਾ ਦਾਅਵੇਦਾਰ ਸਾਡੇ ਸ਼ੀਆ ਵਾਸਤੇ ਦਜਾਲ ਤੋਂ ਜ਼ਿਆਦਾ ਖਤਰਨਾਕ ਮੌਲਾ ਹਿੰਨ ਕਿਹੜੇ ਉਹਨਾਂ ਦੀ ਕੋਈ ਨਿਸ਼ਾਨੀ ਫਰਮਾਇਆ ਉਹ ਜਿਹੜੇ ਸਾਡੇ ਦੋਸਤ ਨਾਲ ਦੁਸ਼ਮਣੀ ਕਰੇ ਨੇ ਸਾਡੇ ਦੋਸਤ ਨਾਲ ਦੁਸ਼ਮਣੀ ਕਰੇ ਨੇ ਤੇ ਸਾਡੇ ਦੁਸ਼ਮਣ ਨਾਲ ਦੋਸਤੀ ਕਰੇ ਨੇ ਦੌਰੀ ਜੀ ਤੱਕ ਉਹਨਾਂ ਦਾ ਨਾਂ ਵੇ ਸਨ ਹਾਂ ਚੁੱਕ ਨਾ ਇਹਦੇ ਭੈਣੇ ਨੂੰ ਉਹਨਾਂ ਦਾ ਜੋ ਨਾਂ ਚਾਹੋ ਤਾਂ ਸਦਾ ਥੀ ਪੈਂਦੀ ਹੈ ਮਤਲਬ ਮੈਂ ਨਾ ਨਾ ਚਾਹਿੰਦਾ ਮੈਂ ਇਸ਼ਾਰਾ ਦੇਣਾ ਤੁੱਕ ਹਾਂ ਜਿਹਨਾਂ ਦੀ ਦੋਸਤੀ ਦੀ ਬੁਨਿਆਦ ਆਲੇ ਮੁਹੰਮਦ ਦੀ ਦੁਸ਼ਮਣੀ ਹੈ ਇਹ ਇੱਕ ਥੀ ਮੰਨਣ ਤੂੰ ਹੀ ਇੱਕੋ ਤਾਲਾ ਮਕਸਦ ਹੈ ਤੇ ਮੈਂ ਲਈ ਉਹ ਮਤ ਮੈਂ ਨਜ਼ਰ ਹੈ ਤੈਂ ਹੀ ਦੁਸ਼ਮਣੀ ਕਰਨੀ ਹੈ ਮੈਂ ਹੀ ਦੁਸ਼ਮਣੀ ਕਰਨੀ ਹੈ ਤੂੰ ਬਾਹਰ ਦਾ ਦੁਸ਼ਮਣ ਹੈ ਮੈਂ ਅੰਦਰ ਦਾ ਦੁਸ਼ਮਣ ਹਾਂ ਹਿਕ ਥੀ ਵੈਨੇ ਕਦਾਂ ਤੂੰ ਅੱਗੂ ਖੜ ਕੇ ਨਮਾਜ਼ ਪੜ੍ਹਾਈ ਚੱਕਰ ਕਦਾਂ ਮੈਂ ਅੱਗੂ ਖੜ ਕੇ ਨਮਾਜ਼ ਚ ਪੜਵੇ ਸਾਂ ਸਾਡੇ ਅੱਗੂ ਨਹੀਂ ਖੜਦੇ ਸਾਡਾ ਜੁਰਮ ਅਸਾਂ ਅਲੀਓਨ ਵਲੀਉੱਲਾ ਪੜਦੇ ਹਾਂ ਸਾਡਾ ਜੁਰਮ ਅਸਾਂ ਨਮਾਜ਼ ਵਿੱਚ ਨਮਾਜ਼ ਪੜ੍ਹਦੇ ਹਾਂ ਤੂੰ ਮੌਲਾ ਹੀ ਤਾਂ ਮੌਲਾ ਵਾ ਕੁਝ ਦੁਨੀਆਂ 'ਚ ਹੀ ਤਾਂ ਸਜ਼ਾ ਦਿੰਦਾ ਜਿਹੜੇ ਬੰਦੇ ਸਾਡੇ ਆਗੂ ਖੜ ਕੇ ਨਮਾਜ਼ ਨਹੀਂ ਪੜ੍ਹਦੇ ਵੀ ਅਸੀਂ ਨਮਾਜ਼ 'ਚ ਨਮਾਜ਼ ਪੜ੍ਹਦੇ ਹਾਂ ਉਹ ਬੰਦੇ ਕਾਇਲ ਸਮੀਉਲ ਹੱਕ ਦੇ ਪੈਰਾਂ 'ਚ ਸਿਰ ਰੱਖ ਕੇ ਪੜ੍ਹਦੇ ਨੇ ਕਾਇਲ ਫਜ਼ਲ ਰਹਿਮਾਨ ਦੇ ਪਿੱਛੋਂ ਖੜ ਕੇ ਪੜ੍ਹਦੇ ਨੇ ਹੁਣ ਦਾਅਵੇਦਾਰ ਤਾਂ ਢੇਰ ਹੀ ਵੱਡੀ ਨੇਕੀ ਮੁਹੱਬਤ ਆਲੇ ਬੈਤ ਵੱਡੀ ਬੁਰਾਈ ਬੁਗਦੇ ਆਲੇ ਬੈਤ ਵੱਡੀ ਕਾਇਨਾਤ ਦੀ ਵੱਡੀ ਨੇਕੀ ਮੁਹੱਬਤ ਅਮੀਰ ਅਲ ਮੋਮਿਨੀਨ ਵੱਡੀ ਬੁਰਾਈ ਬੁਗਜ਼ੇ ਅਮੀਰ ਅਲ ਮੋਮਿਨੀਨ ਹੁਣ ਇਹ ਕਿਵੇਂ ਪਤਾ ਲੱਗ ਸੀ ਵੀ ਹੁਬਦਾਰ ਕਿਹੜਾ ਹੈ ਮੁਰਦਾਰ ਕਿਹੜਾ ਹੈ ਜਿਹਦੇ ਨਾਲ ਮੁਹੱਬਤ ਹੋਵੇ ਨਾ ਉਹ ਨਾ ਹੋਵੇ ਉਹਦਾ ਨਾਂ ਚਵਿੰਦਾ ਜਿਹਨਾਂ ਲੋਕਾਂ ਨਾਲ ਤੁਸੀਂ ਪਿਆਰ ਕਰਿਆ ਨੇ ਉਹ ਭਾਵੇਂ ਬਹਿ ਸੂਬੇ 'ਚ ਰਹਿੰਦੇ ਨੇ ਉਹਨਾਂ ਦਾ ਨਾਂ ਚਾਹ ਪਾਉਂਦੇ ਵੇ ਜਿਹਦੇ ਨਾਲ ਪਿਆਰ ਹੋਵੇ ਉਹ ਨਾ ਹੋਵੇ ਉਹਦਾ ਨਾਂ ਚਵਿੰਦੇ ਅਤੇ ਜਿਹਦੇ ਨਾਲ ਖਾਰ ਹੋਵੇ ਉਹ ਭਾਵੇਂ ਸਾਹਮਣੇ ਬੈਠਾ ਹੋਵੇ ਉਹਦਾ ਨਾਂ ਯਾਨੀ ਮੁਹੱਬਤ ਅਤੇ ਬੁਗਜ਼ ਦੇ ਦਰਮਿਆਨ ਮਿਆਰ ਹੈ ਜਿਹਦੇ ਨਾਲ ਪਿਆਰ ਹੋਵੇ ਉਹਦਾ ਨਾਂ ਚਵਿੰਦਾ ਹੈ ਜਿਹਦੇ ਨਾਲ ਨਾ ਹੋਵੇ ਉਹਦਾ ਨਾਂ ਨਹੀਂ ਚਵਿੰਦਾ ਨਮਾਜ਼ ਰੁਕੇਂਦੀ ਹੈ ਬੁਰਾਈ ਤੂੰ ਬੁਰਾਈ ਹੈ ਬੁਗਜ਼ ਬੂਤਰਾ ਮੈਂ ਨਮਾਜ਼ੀ ਨਾਲ ਹਾਂ ਉਹ ਨਮਾਜ਼ੀ ਨਮਾਜ਼ ਤਾਂ ਬੁਰਾਈ 'ਚ ਰੁਕੇਂਦੀ ਹੈ ਵੱਡੀ ਬੁਰਾਈ ਹੈ ਬੁਗਜ਼ ਬੂਤਰਾ ਤੇ ਜਿਹਦੇ ਨਾਲ ਬੁਗਜ਼ ਹੋਵੇ ਉਹਦਾ ਨਾਂ ਨਹੀਂ ਚਵੀਂਦਾ ਤੂੰ ਨਮਾਜ਼ 'ਚ ਆ ਕੇ ਨਮਾਜ਼ ਦਾ ਨਾਂ ਨਚਾ ਕੇ ਨਮਾਜ਼ 'ਚ ਬੁਰਾਈ ਕਿਉਂ ਕਰੇ ਨਾ ਦੂਜਾ ਕਿਹੜੀ ਸ਼ਾਇਦ ਤੂੰ ਕਹਿੰਦੀ ਹੈ ਮੈਂ ਗਾਲ ਮੁੱਕੀ ਮਰੀ ਨਮਾਜ਼ ਕਿਹੜੀ ਕਿਹੜੀ ਸ਼ਾਇਦ ਬੁਰਾਈ ਤੂੰ ਕਹਿੰਦੀ ਹੈ ਦੂਜਾ ਬੇਹਯਾਈ ਤੂੰ ਕਹਿੰਦੀ ਹੈ ਜਿਹਨਾਂ ਦੀ ਹਯਾਤ ਹੁਸੈਨ ਨਾਲ ਹੈ ਬੇਹਯਾਈ ਕਿਆ ਇਹ ਮਜਲੇ ਦੀ ਮੈਂ ਤਾਂ ਨਹੀਂ ਥੀਂਦੀ ਹਾਲਾਂਕਿ ਹਰ ਸਾਲ ਥੀਂਦੀ ਹੈ ਲੇਕਿਨ ਇਸ਼ਤਿਹਾਰ ਵਾਤੀ ਛਪਦੇ ਨੇ ਤੇ ਭਾਵੇਂ ਰਾਤ ਕ੍ਰੈਡਿਟ ਗਲਟਾ ਖੜਾ ਲਾਵੇ ਉਹ ਬਾਨੀ ਆਦਨ ਸਟੇ ਸੈਕਟਰ ਕੋ ਯਾਰ ਮਿਹਰਬਾਨੀ ਕਰੇ ਸਾਡਾ ਐਲਾਨ ਹੀ ਕਰ ਛੋੜੇ ਤੇ ਸਾਰਿਆਂ ਦੇ ਨਾਂ ਚਾਹ ਛੋੜੇ ਇਹਨਾਂ ਨਾ ਪਹਿਲੇ ਤਾਰੀਖ ਰੱਖਸਨ ਇਸ਼ਤਿਹਾਰ ਛਪਵੇ ਸਨ ਦਾਵਤਨਾਮੇ ਭੇਜੇ ਸਨ ਐਲਾਨ ਕਰਵੇ ਸਨ ਹੁਣ ਬਾਨੀ ਮਜਲਿਸ ਰੱਖੇ ਇਸ਼ਤਿਹਾਰ ਛਪਾਵੇ ਐਲਾਨ ਕਰਾਵੇ ਮਜਲਿਸ ਵਾਲੇ ਦੀ ਮਜਮਾ ਵੀ ਆ ਵਣੇ
खड़ वे इमाम बरगाह के दरवाजे से आके मियां मजले सुनना तो बिदत है। मजले सुनना तो बातल है। ला इकराफी दीन दीन च जबर है कोई ना ते हुसैन आप दीन है। बंदे पिछा मुड़ पोसन ते आखसन कोई यही कम जले सही कहे अकीदे आले कोल ते सुन सुना है ते रस्ते च आधे तवैसन यार कोई बड़ा बेहयाई सड ही मजलिस वास्ते इस हूं आले मजलिस ना हूं आले मजलिस सुनना गुनाह है बिदत है बातिल है। मजलिस से बुलावे का ना है ऐलान जड़ी नमाज रोज पढ़ते ही दे बुलावे का ना है आजान। जिमें स्टेज शक्ति दो दफा ऐलान करें लाए बानी आदन यार सारे मजलिस का ऐलान दो दफा करें इवें मुआज़्ज़े नहीं दो दफा सुने दे हय्या अला सलात आओ नमाज आले पासे इत्मीनान कल्ब निस्तिंदा जेड़ा बैठो फर्श से मैं अर्श से पुछे सा वाता दे हय्या अला फला मैं अपने आप तो ना खड़ा सुने दा कामयाबी तो लगे हो वाता दे हय्या अला खैर अल अमल ओए मैं अपने आप तो ना खड़ा सुने दा अमले खैर तो लगे हो। नमाजी दो दफा आदे नमाज दो फला दो अमले खैर दो मेरा मौला मिंबर ते बह के बैठा आदे जड़ी नमाज दो सलेने नो नमाज मैं अलिया शाबाश किताब का नाम है अल फजाइल अल फजाइल इब्ने शाज़ान कुमी की किताब। मैंने मौला दे ना ही आला सलात जड़ी नमाज तो सलेने नो नमाज मैं अली हां बस फरमाया ना ही आला फला जड़ी कामयाबी तो सलेने नो कामयाबी मैं अली हां बस फरमाया ना ही आला खैर ना मल जड़े अमले खैर तो सलेने नो अमले खैर ही मैं अली हां। जिमें कोई मजलिस की सजा के न सुन देवे तो आके बिता ते तब बंदे आते ने बेहया है मैं उनको बेहया न सदना तो क्या सदना जेड़ा सड़ेंदा ही अली तो है रुकेंदा ही अली तू है। मेहरबानी मैं मुकुए ना वात छेड़ लेने मैं कुए ये रहा शाम दे दरबारी मेरी सैन खुतबा दिता है मैं अपनी की हर गाल दादा मैं ना अपने अकीदे ते निगरानी आप करनी है उत्थां खड़ के मेरी सैन आके बीबी आके जिना हजादे दी पहचानी ते मैं आके ना लिखा हुआ होंगे हर कहीं को पढ़ींदा नहीं मेरी सैन आके जिना हजादे दी पहचानी ते मेरे बाप अली दा बुक्स लिखा हुआ होंगे दरबार ते कौन है तू एक शामी उठे खानवाद अहल बैत कदा कुछ चपने दे कदा कुछ चखने दे अज नवी गाल इतना सारे बंदे उहे बैठे जिन्हें साला साल तेरे बाबे ते सब किता है कैदी पहचानी ते लिखा है मेरी सैना दिया बकवास बंद कर मेरे बाबे का नाम सुन के जड़ी मथे ते वट पाती आई यह तो तहरीर है तकरीब कारी रचना थी गई। हाँ। सुना कितनी अलमन कह दी। अच्छा। इब्लीस
مہربانی ہوں ذرا ماں تو بچا کے تو بھی شیر پڑے پیغمبر فرمانن یا علی ہر بندے کو دی ماں دے نام نال سڈا ویسی ماں سوا تیرے شیاں دے صرف تیرے شیعہ ہن جنہاں کو پیو دے نام نال سڈا ویسی کیوں بلا کو ماں دے نام نال کیوں سڈا ویسی تے مرے شیعہ کو پیو دے نام نال فرمایا اس واسطے جو اپنے پیو دے ہن بس اتنا ایک پڑھنا آئی تم دیکھو میرے والے پاس بے میرے پاس ہوں میں انتہا ہونی کہیں کون ڈے سا مصاحب شروع کیا کرے نا میں تو مصاحب دا ایک اپنا احترام ہے وقت سجاد نے کیسے وہ گزارا ہوگا نہ ہی میں یہ جیاں چاہ جہاں دیتے ہاں جا عاشق ہے وقت سجاد نے کیسے وہ گزارا ہوگا نام بی بی کا جو لوگوں نے پکارا ہوگا سنا کی نوک پہ رو پڑے مولا حسین پھر کسی شخص نے معصومہ کو مارا ہوگا بڑے حسن وقت سجاد نے کیسے وہ گزارا ہوگا نام بی بی کا جو لوگوں نے پکارا ہوگا اے نہیں جی میں تو کو راضی کرنے واسطے تو کو خوش کرنے واسطے جی کائنات بند ہے اندے چ لکھن والے کائنات بند چکی وقت سجاد نے کیسے وہ گزارا ہوگا نام بی بی کا جو لوگوں نے پکارا ہوگا یا رب نہ مل جائے کوئی پہچاننے والا بازار میں سجاد دعا مانگ رہا ہے تاریخ نے غیرت کا خدا لکھا ہے جس کو ہر موڑ پہ بی بی کی رضا مانگ مجلس کی اگر کوئی معزز بیمار آ بڑے نا تو کوشش کرے سو بھی ایسی جہاں تے بلاؤ کہ تو وقت اٹھی ہونا نہ پوے سجاد تو بڑا معزز ہی کوئی نہیں سجاد تو بڑا بیمار ہی کوئی نہیں یہ جڑا اس وجہ تو میں رکا میں کوئی روکا نہیں تے نہ میں کہیں دے آکھے رکدا اتنے دی اندر مطمئن نہ ہوئے مطلب کہیں دی آگ تے کتنے تھی لگ سکتا ہے یہ تو میں نا پاک چامنے چھوڑ لیتے ہیں کوئی جو نا چاہوے نا سارا مجمع بیٹھا رہا ہے سجاد اٹھی کھڑ دے میں نا چاہتا میرے بیمار مولا کو تکلیف ہوئے زیادہ پڑ گیا دو چار منٹ دو چار میں 28 محرم مجلس ونج پڑی حیدرآباد سندھ یہ اشتہار چنا آیا کھڑے تواڈے علاقے کتھے پڑھنے حب علی نوا خان ہے سکھر دا بڑا پرانا نوا خان ہے میری ہوندی پہلی ملاقات تھی
मैं ग्वालियर मुबारक को भी ऐसे इलाके पैदा थे जहाँ जबान दर्द सोना लगता है। असा ही दर्द लिखू तो तुरी जबान लिख दे। मैं ग्वालियर तू मसाहिब खान इलाके का पुत्र है, तैकू तो मैं सुना होया नहीं, तेरे बाबे बुजुर्गवार सारी जिंदगी सिर्फ मसाहिब पढ़ा है। मैं एक दर्द लिखा है, जो मर्जी आखी तो वंडा छोड़े। मैं कि भाई क्या लिखी, यजीद ते शिमर दा मुकालमा लिखस। यजीद पूछा है अदे क्यों छोड़े सैयद सज्जात को, अदे उठा तो छिया महीना दा ली नहीं वे छोड़ा। बेकरार हो के अदे मेरे वास्ते पंजी साल दा ली टोर के गिने। एक शायर का शेर है कि तुसा बड़ी कदर की है, अरे डरता था कितना सैयद सज्जाद से यजीद, डरता था कितना सैयद सज्जाद से यजीद, बीमार को न रख सका जंजीर के बगैर। मार्फत वाले बंदे तय बैठे मजलिस। डरता था कितना सैयद सज्जाद से यजीद, बिस्मिल्लाह जवानी माने, बीमार को न रख सका जंजीर के बगैर। अरे क्यों छोड़ी सज्जाद को, क्यों छोड़ी शिमरा इनाम न घटा, मैं हुने मार देना। उठे तलवार चाके, तलवार बेनियाम की, यजीद आदे नहीं उत्थां अपनी मर्जी की थी भाई, तो मैं अपनी मर्जी करनी। शिमल आदे किवें मरे से, यजीद आदे तलवार दे नाल ही कुना मारो। जाकिर दा मजमून केसट पकावनी होवे ना, घंटे दी केसट पकी बंदी है, ते जिहड़ियां ये चीज़ां लिखी नहीं है ना, इन्हां ते बड़ा वक्त लगता है, ये मंगणियां पौनियां। अदे तलवार दे नाल ही कुना मारो, ए गैरत दा बीमार है। मारना है लेकिन मेरी तजवीज नाल, मेरी मंशा नाल। शिमला दे किवें मरे से, अदे तलवार दे नाल ही कुना मारो, ए गैरत दा बीमार है। यजीद आदे एक कदम कदम ते मारना है, इंदी मां घिन आओ बाजार है। बड़ी रूहानियत है मजलिस, बिस्मिल्ला करना मन से, बिस्मिल्ला। तलवार दे नाल ही कुना मारो, ए गैरत दा बीमार है, इको कदम कदम ते मारना है, इन दिमाग है नाओ बाजार है। मैं 6-7 साल मुसलसल शाम बहना रही हाँ चेलम दे मौके ते, मेरा इश्क ही जनून ही कि वो जड़ी मौजजी वाली रात होंगी है 19वीं सफर की दरमियानी रात, वो मैं कोशिश करें ना आमी जो मैं जाग के गुजारा हूँ। 18 सफर गुजायरीन मैंने हैं हलप, 19 सफर को होने हैं बाजार शाम, बाजार दरबार का पुरसा हों आई, उत्तर नुआ खाना नुआ पढ़ाई। बाजार का बंद कोई सौखा है, पुछ भीड़ बाजार मुहारी तू, ए ऊले दा मर गया हा जडा लत्थी है सैन सवारी। मातम को बोली मेहरबानी बाबा साहब करके मैं कोई था ना सदो कम से कम। बिस्मिल्लाह कर मेरे से, बाजार दा बंद कोई सौखा है, पुछ भीड़ बाजार मुहारी तू, ए ऊले दा मर गया हा जदा लत्थी है सैन सवारी तू। मैं उन सारे मजमे को पुछदा, अगर कोई बीमार बैठे तो बीमार दा सदका मौला सेहत देवे, जेड़ा बीमारी कबर ही नाल गिन गए। जितू जितू जाए बैठे हो, जितना सफर है उतना सवाब है।
जितनी अजियत है उतना अजर है। या एडे दुख लिठे हैं, या एडे मसायब व आलाम का सामना किया, वो जहर जोगा बच गया। बोलो भाई, मैं दात नहीं मंगी। हाँ जो कोई मैकू डेसो ये तो मालिक आसी ते रुमाल इज पा के घिन वैसी जहर जो कहा जहर देवनी आने तक सेहतमंद को देवे ना। एडा कमजोर आ बाकर दा बाबा नमाज वास्ते खड़िया हवा घुल पोवे हा तो कयाम इच सज्जाद दा बदन नाल हलदा। मैं सैयद जैयद आलमदीन दी जबानी जुमला सुनाई बन्ना मिंबर तुल हाकिदा यागा जहीर दी मजले सही सवाल मिंट कुमरी में बाद इच पढ़ना आई। मेरे तो पहले अलामा जुल्फकार हैदर कराची आले पढ़ा उन्हें फरमाया यारह महीना बाद जडा सज्जाद दे सीने तू तौ खटाया ने केड़ा मातम करे सी केड़ा चवा होया हाथ रुके सी जडा तौ खटाया ने ना यारह महीना बाद यजीद दे चार सिपाही आदे ना सही लम्हे तौ खटाए बह लम्हे सीने तू कुर्ता हटा के डिठे बाकर दे बाबे दे सीने ते गोश्त कोई ना। सीने आली हडी नजर आज ही हाथ सीने ते नहीं आया भाई। मंजूरी आले सीने मोरा आले हाथ मंजूरे नजर रखी मेरे जितने मसमूम इमाम हैं ना दूसरे तू लै के दूसरे तू गिन के यारवें इमाम तक जिन्हें गुजार मिली उन्होंने जिगर के टुकड़े बह रहे हैं। मैं तुरी वस्ती आखी की कसम सज्जाद का एक टुकड़ा बहर नहीं आया। फर्श ते बह करोवण आले शल अरश आला राली होवे जिगर के टुकड़े उन्होंने बह रहे हैं जिन्हों का जिगर बच गया। न सज्जाद का जिगर हा न टुकड़ा बह बस वैन दे करीब मुआशरे कोई बुरा बंदा ही मर वे ना चंगा वो होंगे जे कोई बंदे याद करके रोवन जो कोई बुरा बंदा मर वे जे कोई न रोवे दू संग ऐसन जेड़े रोंदन जायदाद ही चुपी हिस्सा देवे ते भावे न देवे वो जे को ढेर देवे से वो आधा बताओ सी थोड़ी बढ़ा गए ते जे को न दे से ना वो बह के आग से मेरा बादशाह बाबा पहला सांगा दूजा सांगा भिरा भावे ईद ते ही मिलन न वे भैन होसी तो भैन रोसी धीया ही बैठी हैं भैणा ही बैठी हैं अचानक आसमान दमो कर क्या ले मर अल्लाह मरी कोई आलिया जई बहन हो गया बिस्मिल्लाह मस अदे मर अल्लाह मरी कोई दुखां दी बईवाल हो गया हकल मार क्या ले बागे जल्दी आ दूर दी मेहमान आई बैठिए आ मरिया वसीत सुन ये मरी सैन का रुमाल तोरी अखी तले आया हो मोहम्मद बाकर आओ किता चुप का इजहार किया
ਉਦੋਂ ਦੇ ਕਹਿੰਦੇ ਬਾਬਾ ਮਰਿਆ ਤਾਂ ਉੱਠਾ ਮਰਿਆ, ਜਦੋਂ ਉੱਠ ਤੂੰ ਪਈ ਲਹਿੰਦੀ ਆਈ ਆਦੇ ਬਾਬਾ ਮਰਿਆ ਤਾਂ ਮਰਿਆ, ਜਦੋਂ ਬਾਏ ਬਾਏ ਕਵਦੀ ਟੁਰਦੀ ਆਈ ਆਦੇ ਮਰਿਆ ਭੈਣ ਦਾ ਮਈਆ ਗੜੀਆਂ ਵਾਲੇ ਹੱਥਾਂ ਤੇ ਚਾਈ ਵਧਾ ਆਦੇ ਬਾਬਾ ਮੈਂ ਨਾ ਮਨੇਂਦਾ ਸਿਆ ਦਾਦਾ ਨਹੀਂ ਮਨੇਂਦਾ ਤਾਂ ਦਰਵਾਜ਼ੇ ਤੋਂ ਲੇਖ ਬਾਗਰ ਦਰਵਾਜ਼ੇ ਤੋਂ ਡਿੱਟਾ ਹੁਣ ਬਾਬਾ ਬਾਬਾ ਕਰਕੇ ਪਿਓ ਤੇ ਆ ਜਾਣਾ ਸਿਆ ਦਾਦਾ ਕਿਆ ਡਿੱਠਈ ਆਦੇ ਬਾਬਾ ਦਾਦਾ ਆਇਆ ਖੜਾ ਮਾਦਾ ਦਾਦਾ ਬਈ ਵਜਾ ਕੇ ਖੜਾ ਦੇ ਸਜਾ ਹਾਲੇ ਥਕਨ ਆ ਹੁਣ ਮੇਰੀਆਂ ਵਸੀਤਾਂ ਸੁਣ ਜਿਹੜੇ ਮਿੱਟ ਕੇ ਮਿੱਟੀ ਤੇ ਆਏ ਬੈਠੇ ਹੋ ਹਾਜ਼ਰ ਸ਼ਾਹ ਜੀ ਉਹ ਹੁੰਦਾ ਜੇ ਕੋ ਪਤਾ ਹੋਵੇ ਜੋ ਕੋਈ ਦੇਦਾ ਬੈਠੇ ਆਦੇ ਬਾਬਾ ਕਿਹੜੀ ਵਸੀਅਤ ਬਚੜੇ ਦਲੇ ਕਿਆਦੇ ਪਹਿਲੀ ਵਸੀਅਤ ਗੁੱਸੋ ਲਾਪਨੇ ਵੇ ਤੇ ਕੋ ਲਖਮਾਂ ਦਾ ਪਤਾ ਥੱਕ ਪਿਓ ਸੋ ਥੱਕ ਪਿਓ ਸੋ ਮੌਕੇ ਦਾ ਗਵਾਏ ਆਲੇ ਬਾਬਾ ਯਾ ਗੁੱਸਲ ਨੇ ਹੋਣਾ ਨਹੀਂ ਯਾ ਜ਼ਖਮ ਨਾ ਦੱਸ ਇਹੀ ਤਾਂ ਪਤਾ ਹੀ ਜੋ ਪਾਣੀ ਪਾਉਣਾ ਪਾਉਂਦਾ ਆਦੇ ਬਾਬਾ ਗੁੱਸਲ ਕਿਵੇਂ ਨੇ ਹੋਣਾ ਬੱਚੜੇ ਤੇ ਗਾਲੀ ਚ ਬਈ ਬਲਾ ਕੇ ਆਦਾ ਬਾ ਕੇਰ ਪੁੱਤਰ ਉਹ ਹਯਾਤੀ ਹੋਵੀ ਜਡਾ ਪਿਓ ਕੋ ਗੁੱਸੋ ਲੱਡੀ ਵਾਵੇ ਹਿਨ ਜੇਥ ਜੇਥ ਲਖਾ ਮਜ਼ੰਜੀਰਾਂ ਦੇ ਵਾ ਉਹ ਤਹੌਲੇ ਪਾਣੀ ਪਾਵੇ ਵੀ ਆ ਖਿਆਲ ਰੱਖੇ ਮੇਰੇ ਪੈਰਾਂ ਦਾ ਹੱਥ ਨਾਲ ਅਰਾ ਅਗਲੀ ਵਸੀਅਤ ਕੋਈ ਬਿਮਾਰ ਬੈਠਾ ਹੀ ਹੈ ਤਾਂ ਬਿਮਾਰ ਬਣ ਕੇ ਨਹੀਂ ਸੁਣਦਾ ਬੈਠਾ ਨੀਅਤ ਨਾਲ ਸੁਣਦੇ ਬੈਠੇ ਹੋ ਇਵੇਂ ਕੰਬਦੇ ਹੋਏ ਤਾਂ ਨਾਲ ਬਾਕਰ ਦੇ ਬਿਮਾਰ ਬਾਬੇ ਹੀ ਥੇਲੀ ਚਾਈ ਇਵੇਂ ਨਹੀਂ ਫਤਾਂ ਨਾਲ ਲੈ ਕੇ ਫਰਮੈਨ ਸੰਭਾਲ ਅਦੇ ਬਾਬਾ ਕਿਆ ਹੈ ਫਰਮੈਨ ਨੂੰ ਇਹ ਤਾਂ ਕਾਇਨਾਤ ਦਾ ਮਾਲਿਕ ਇਹ ਥੋੜਾ ਜਿਹਾ ਤਰਕਾ ਹੈ ਜਿਹੜਾ ਮੈਂ ਛੋੜੀ ਵਹਿਣਾ ਬੇਸ਼ੱਕ ਮੇਰਾ ਚਾਲੀਸਵਾਂ ਨ ਕਰੇ ਬੇਸ਼ੱਕ ਮੇਰੀ ਕਬਰ ਪੱਕੀ ਨ ਕਰੇ ਸਾਲ ਦੇ ਸਾਲ ਹੱਜ ਦੇ ਮੌਕੇ ਤੇ ਮੀਨਾ ਦੇ ਮੈਦਾਨ ਚ ਉਹਦਾ ਮਾਤਮ ਕਰੇ ਜਿਹਦੀਆਂ ਧੀਆਂ ਦੇ ਹੱਥ ਬੱਧੇ ਹੋਏ ਬੜੇ ਕਦਰਦਾਨ ਲੋਕ ਉਹਦੀ ਮਜਲਿਸ ਕਰੇ ਜਿਹਦੀ ਸੱਗੀ ਭੇੜ ਰੋ ਨਹੀਂ ਸੰਗੀ ਮਾਲਾ ਪੰਜਵਾਂ ਇਮਾਮ ਆਦੇ ਮੈਂ ਬਾਬੇ ਦਾ ਮਈਆ ਮੈਂ ਕੌਣ ਇੱਥਾਂ ਪਤਾ ਲੱਗਾ ਜੋ ਖਤਮ ਬਾਅਦ ਹੀ ਚੋਣਾ ਹੈ ਖਤਮ ਅਗਰ ਹੋਵੇ ਸਹੀ ਤਾਂ ਪਹਿਲੇ ਕਰਾਇਆ ਕਰੋ ਇਹ ਇਬਾਦਤ ਤੂੰ ਵੱਡੀ ਇਬਾਦਤ ਤਾਂ ਕੋਈ ਕੋਨੀ ਜਿਹੜੀ ਕਰੇ ਨਾ ਬੈਠੇ ਆਦੇ ਬਾਬੇ ਦਾ ਮਈਆ ਮੈਂ ਤਖਤੇ ਤੇ ਰੱਖਾ ਹੈ ਮੁਹੰਮਦ ਬਾਕਰ ਆਦੇ ਮੈਂ ਕੁਛ ਸ਼ਾਮ ਵਾਲੇ ਲਖਮ ਤਾਰੇ ਨਜ਼ਰ ਆਏ
ਅਦੇੜਾ ਪਾਣੀ ਪੈਂਦਾ ਨਾ ਜਿਹੜਾ ਅੱਖੀ ਚੁਲੜ ਪਾਉਂਦਾ ਮੈਂ ਪਾਣੀ ਪੈਂਦਾ ਉਹਨੂੰ ਰਾਤ ਨਿਕਲ ਆਉਂਦੀ ਹੈ ਤੁਹਾਡੇ ਦੋ ਹੱਥਾਂ ਦੀ ਕਸਮ ਜਿਹੜੇ ਹੱਥ ਹੱਕ ਵਾਸਤੇ ਮੌਕੂਫ ਹਨ ਇੱਥਾਂ ਦੋ ਇਮਾਮ ਖੜੇ ਨੇ ਪੰਜਵਾਂ ਹੀ ਖੜਾ ਹੈ ਤੇ ਛੇਵਾਂ ਹੀ ਖੜਾ ਹੈ ਬਾਬੇ ਦੀਆਂ ਅੱਖੀਂ ਤੇ ਬੋਸਾ ਲੈ ਕੇ ਆਦਾ ਹੈ ਤੋਣੇ ਹੁਣ ਤਾਂ ਰਾਤ ਨਾ ਓ ਰੋ ਬਾਬਾ ਪੀਆ ਟੁਰਦਾ ਹੈ ਦੁਨੀਆਂ ਤੋਂ ਪੁਸ ਕਪੜੇ ਗਏ ਨੀ ਮੈਡਾ ਕਦੀ ਬਾਬਾ ਸੁਣੀ ਦਾਨ ਸਜਣਾ ਤੋਂ ਬੱਚਣਾ ਤੇ ਗਲੀ ਚ ਬਈ ਵਲਾ ਕਿਆ ਬਾਜ਼ਾਰ ਚ ਵੰਜਣਾ ਉਹ ਭੁੱਲ ਗਈਏ ਬਾਕਰ ਮੈਂ ਸਦਾ ਕਵਾਂ ਗਿਰਿਆ ਬੜਾ ਹੋ ਗਿਆ ਯਾਦ ਦੇ ਬੰਦੇ ਮਾਤਮ ਕਰਨ ਨਾ ਜਾਂ ਸਾਰਿਆਂ ਦੇ ਤਕਮੀਲ ਮਾਤਮ ਵਾਸਤੇ ਹੀ ਇੱਕ ਦਰਦ ਬਾਕਰਾ ਦੇ ਗੁੱਸੋਲੇ ਲੈ ਘੱਟ ਰੁਣਾ ਮੋਹਰ ਵਾਲਾ ਹੱਥੇ ਤਾਂ ਖਾਲੀ ਨਾ ਮੰਜੇ ਆਦੇ ਜਿਹੜਾ ਕਫਨ ਪਵਾਵਣ ਲੱਗਾ ਹੁਣ ਬਹੁ ਰੁਣਾ ਅੱਖੀ ਤੇ ਬੋਸਾ ਲੈ ਕੇ ਆਲੇ ਬਾਬਾ ਕਹਿੰਦੀ ਬੇਕਫਨੀ ਕਰੂਨ ਮੈਂ ਲੈ ਲੈ ਕਿਤਨੇ ਹੱਥ ਨੇ ਜਿਹੜੇ ਹੱਕ ਵਾਸਤੇ ਆਰੇ ਬਾਬਾ ਸੋਹਣਾ ਕਫਨ ਪਿਆ ਮਿਲਦਾ ਹੀ ਬਾਬਾ ਹੁਣ ਤਰਾ ਤਰੋਕ ਬਚਣਾ ਤੋਂ ਦੇਖ ਕੇ ਫਰਮਨਨ ਰਾਤ ਕਿਵੇਂ ਰੋਕਾਂ ਦਸ ਬਾਗਰ ਬੇਵਸ ਅੱਖੀਆਂ ਚੋਂ ਵਹਿੰਦੀ ਏ ਰਾਤ ਕਿਵੇਂ ਰੋਕਾਂ ਦਸ ਬਾਗਰ ਬੇਵਸ ਅੱਖੀਆਂ ਚੋਂ ਵਹਿੰਦੀ ਏ ਮੈਂ ਕੋਈ ਨੀ ਲੱਗਦਾ ਬਦਮਾਸ਼ਾਂ ਵਿੱਚ ਮੇਰੀ ਮਾਂ ਪਈ ਉੱਠ ਤੋਂ ਲਾਹਦੀ ਇਹ ਤੁਹਾਡੇ ਗਿਰੀਏ ਲੈ ਮਿਆ ਰਹੀ ਇਹ ਤੁਹਾਡੇ ਤੇ ਅਤਾਈ ਜਿਹੜੀ ਹੁਣ ਨਾ ਦੇ ਰਹੀ ਹੈ ਮੈਂ ਕੋਈ ਨੀ ਲੱਗਦਾ ਬਦਮਾਸ਼ਾਂ ਵਿੱਚ ਮੇਰੀ ਵਾਪਈ ਉੱਠ ਤੋਂ ਲਾਹਦੀ ਆਖਰੀ ਵਾਇਣ ਸੋਹਣੀ ਮੁਕਾਨ ਹੋ ਗਈ ਦੂਜਾ ਕਫਨ ਪਵਾਏ ਪਿਓ ਤਾਂ ਦੇਖ ਕੇ ਆਜੇ ਬਾਬਾ ਤੇ ਕਿਹੋ ਜਿਹੀਆਂ ਕਫਨ ਦੇਵਾ ਬੱਜੜੇ ਤੋਂ ਦੇਖ ਕੇ ਫਰਮੈਨ 19 ਸਾਲ ਮੈਂ ਕੋਈ ਹੋ ਗਏ ਪੂਰੇ ਮੁਲਕ ਚ ਯਾਰਾਂ ਇਮਾਮਾਂ ਦੇ ਕਿਬਲਾ ਜਨਾਜ਼ੇ ਬਰਾਮਦ ਕਰਾਏ ਹਰ ਜਾ ਮੈਂ ਨਿੱਟਾ ਕਾਇਮ ਮਾਸੂਮ ਦਾ ਜਨਾਜ਼ਾ ਹੋਵੇ ਉੱਤੇ ਫੁੱਲੋਂ ਨੇ ਦੋਈ ਮਾਮਿਨ ਜਦਾ ਇਨਾ ਦਾ ਜਨਾਜ਼ਾ ਹੋਏ ਉੱਤੇ ਕੜੀਆਂ ਪਈਆਂ ਹੁੰਦੀਆਂ ਇੱਕ ਤਖਤਾ ਤਾਂ ਕਹਿਦੀ ਦੂਜਾ ਬਾਕਰ ਦਾ ਬਾਬਾ ਇਹ ਹੱਥ ਕਾਇਮ ਦੇ ਮੁਹਤਾਜ ਨਾ ਥੀ ਵੇਲੇ ਜਿਹੜੇ ਮਾਤਮ ਵਾਸਤੇ ਬੁਲੰਦ ਪੈਤੀ ਨੇ ਇਹ ਦੋ ਇਮਾਮ ਇਹਨਾਂ ਨਾ ਜਿੱਥੇ ਜਨਾਜ਼ਾ ਹੋਵੇ ਉੱਤੇ ਕੜੀਆਂ ਪਈਆਂ ਹੋਣੀਆਂ ਦੂਜੀ ਤਾਂ ਬਕਫਨ ਪਵਾ ਕੇ ਆਦੇ ਬਾਬਾ ਪਵਾਉਣਾ ਹੀ ਹੈ ਵਾਤੇ ਦੱਸਾਂ ਉੱਤੇ ਕਿਹੋ ਜਿਹੀਆਂ ਕਫਨ ਦੇਵਾਂ ਬੱਚੜੇ ਤੋਂ ਦੇਖ ਤੇ ਫਰਮੈਨ ਜੇ ਮੈਰੀ ਮਨੇ ਨੇ ਤੇ ਕਫਨ ਰਹਿਣ ਦੇ ਅਰੇ ਬਾਬਾ ਕਫਨ ਦੀ ਜਾਤ ਕਿਆ ਪਵਾਵਾਂ ਜਿਹੜੇ ਹਲਕੇ ਤੇ ਮਾਤਮੀ ਆਏ ਬੈਠੇ ਹੋ ਮੈਂ ਕੋ ਕੜੀਆਂ ਪਵਾ ਮਾਡਾ ਚਨ ਬਚੜਾ ਇਹ ਗਾਲ ਤਾਂ ਦਿਲ ਕੋ ਖਾਂਦੀ ਏ ਮੈਂ ਮਿਲਣਾ ਭੈਣ ਮਾਸੂਮਾ ਕੋ ਮੈਂ ਕੋ ਭੈਣ ਤੂੰ ਸ਼ਰਮ ਜੋ ਆਦੀ ਹੇ ਮਤਾ ਉਹ ਆਖੇ ਮੈਂ ਕਹਿ ਦੇਣਾ
मैं कुकड़िया पवा मना जन बचड़ाइया गाल ता दिल को खांदी है मैं मिलने भैन मासूम को मैं को भैन तो शर्म जो आंदी है तुहाडे उठते दर्द को देख के तुहाडियां मस्तियां अखी को देख के तुहाडे उठते हथां को देख के आखरी वैन चौथा कंपन पवाए प्यू दले के खड़ा ले बाबा मैं शुक्र दी तस्बीह खड़ा पढ़दा शुक्र बाबा आज मैं कैदी तना शुक्र बाबा आज मैं परदेसी तना बचड़े दले के फरमेन तू शुक्र गुजारे मैं दे कोल पूछे तो मैं बहु शर्म सारा आदे बाबा क्यों शर्म सारे तेरे प्यो को कफन ता मिल गया है बे कफन मैं भैन समाई आई उते जख्म सजाद नहीं ढो संग यावी चोले विच दफनाई है उदे कन दे जख्म नहीं छोट दे तो भैन मेरी बहु मादी सादात उजाम मोमिनीन कराम एहन